ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਵੱਡੀ ਆਟੋ ਰਿਕਸ਼ਾ ਦੀ ਕਾਰਵਾਈ। 55 ਆਟੋ ਰਿਕਸ਼ਾ ਦੇ ਕੱਟੇ ਚਲਾਉਣ ਅਤੇ 10 ਕੀਤੇ ਗਏ ਇਹਨਾਂ ਵੱਲੋਂ ਬੰਦ। ਦੱਸ ਦਈਏ ਕਿ ਅੱਜ ਟ੍ਰੈਫਿਕ ਪੁਲਿਸ ਵੱਲੋਂ ਬਠਿੰਡਾ ਦੇ ਫੌਜੀ ਚੌਂਕ ਅਤੇ ਬਠਿੰਡਾ ਦੇ ਲਿਬਰਟੀ ਚੌਂਕ ਵਿਖੇ ਦੋ ਜਗ੍ਹਾ 'ਤੇ ਨਾਕਾਬੰਦੀ ਕਰਕੇ ਇਹਨਾਂ ਆਟੋ ਰਿਕਸ਼ਾ ਦੇ ਚਲਾਣ ਕੱਟੇ ਗਏ, ਕਿਉਂਕਿ ਜਿਹੜੇ ਵੀ ਆਟੋ ਰਿਕਸ਼ਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਮਿਲਦਾ ਸੀ ਉਸ 'ਤੇ ਵੀ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ। ਅਤੇ ਜਿੱਥੇ ਇਹਨਾਂ ਦੇ ਚਲਾਣ ਕੱਟੇ ਗਏ ਉੱਥੇ ਜਿਸ ਆਟੋ ਰਿਕਸ਼ਾ ਦੇ ਕੋਲ ਕੋਈ ਡਾਕੂਮੈਂਟ ਨਹੀਂ ਸੀ ਜਾਂ ਕੋਈ ਕਾਗਜ਼ ਪੱਤਰ ਨਹੀਂ ਸਨ ਜਾਂ ਇਹਨਾਂ ਦੇ ਵਿੱਚ ਕੋਈ ਹਥਿਆਰ ਮਿਲਦੇ ਸਨ, ਤਾਂ ਉਹਨਾਂ ਆਟੋ ਰਿਕਸ਼ਾ ਨੂੰ ਇਹਨਾਂ ਵੱਲੋਂ ਬੰਦ ਕੀਤਾ ਜਾ ਰਿਹਾ ਸੀ। ਦੱਸ ਦਈਏ ਕਿ ਅੱਜ ਟ੍ਰੈਫਿਕ ਦੇ ਇੰਚਾਰਜ ਅਮਰੀਕ ਸਿੰਘ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ 55 ਆਟੋ ਰਿਕਸ਼ਾ ਦੇ ਚਲਾਣ ਕੱਟੇ ਗਏ ਹਨ ਅਤੇ 10 ਆਟੋ ਰਿਕਸ਼ਾ ਉਹਨਾਂ ਵੱਲੋਂ ਬੰਦ ਕੀਤੇ ਗਏ ਹਨ, ਕਿਉਂਕਿ ਪਿਛਲੇ ਦਿਨ ਜੋ ਬਠਿੰਡਾ ਦੇ ਅਮਰੀਕ ਸਿੰਘ ਰੋਡ 'ਤੇ ਇੱਕ ਵੱਡਾ ਹਾਦਸਾ ਹੋਇਆ ਸੀ। ਇੱਕ ਆਟੋ ਰਿਕਸ਼ਾ ਵਾਲੇ ਵੱਲੋਂ ਇੱਥੇ ਇੱਕ ਵਿਅਕਤੀ ਦੇ ਸਿਰ ਦੇ ਵਿੱਚ ਕੁਹਾੜੀ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਉਸ ਨੂੰ ਲੈ ਕੇ ਲਗਾਤਾਰ ਟ੍ਰੈਫਿਕ ਪੁਲਿਸ ਹੁਣ ਸਖ਼ਤ ਹੁੰਦੀ ਇਹਨਾਂ 'ਤੇ ਦਿਖਾਈ ਦੇ ਰਹੀ ਹੈ ਅਤੇ ਇਹਨਾਂ ਵੱਲੋਂ ਲਗਾਤਾਰ ਇਹਨਾਂ ਨੂੰ ਰੋਕ ਕੇ ਇਹਨਾਂ ਦੇ ਜਿੱਥੇ ਚਲਾਣ ਕੱਟੇ ਜਾ ਰਹੇ ਆ ਅਤੇ ਆਟੋ ਰਿਕਸ਼ਾ ਨੂੰ ਇਹਨਾਂ ਵੱਲੋਂ ਬੰਦ ਵੀ ਕੀਤੇ ਜਾ ਰਹੇ ਆ। ਆਓ ਸੁਣਾਉਂਦੇ ਕੀ ਕਹਿੰਦੇ ਤੁਹਾਨੂੰ ਇਹ ਵੱਡੇ ਕੰਮ। ਕੀ ਨਾਮ ਹੈ ਤੁਹਾਡਾ, ਕੀ ਮਾਮਲਾ ਚੱਕੀ? ਮੇਰਾ ਨਾਮ ਸਬ ਇੰਸਪੈਕਟਰ ਅਮਰੀਤ ਸਿੰਘ, ਇੰਚਾਰਜ ਟ੍ਰੈਫਿਕ ਬਠਿੰਡਾ। ਪਿਛਲੇ ਦਿਨੀ ਇੱਕ ਆਟੋ ਰਿਕਸ਼ਾ ਚਾਲਕ ਨੇ ਕਿਸੇ ਰਾਹਗੀਰ ਦੇ ਸਿਰ 'ਚ ਘਾੜੀ ਮਾਰ ਕੇ ਉਹਨੂੰ ਜ਼ਖਮੀ ਕਰਤਾ ਸੀ। ਉਸ ਦਿਨ ਤੋਂ ਹੀ ਸਾਡੀ ਕੰਟੀਨਿਊ ਇਹ ਚੱਲ ਰਹੀ ਹੈ ਲਾਈਨ ਵੀ ਅਸੀਂ ਇਹਨਾਂ ਨੂੰ ਚੈੱਕ ਕਰਨਾ ਹੀ ਕਰਨਾ। ਡੇਲੀ ਅਸੀਂ ਘੰਟਾ ਕਿਤੇ ਰੋਜ਼ਾਨਾ ਕਰ ਰਹੇ ਹਾਂ ਇਹਨਾਂ ਨੂੰ ਚੈੱਕ। ਇਹਨਾਂ ਦੇ ਵਿੱਚੋਂ ਕੁਛ ਹਥਿਆਰ ਵੀ ਮਿਲ ਰਹੇ, ਕੋਈ ਰਾਡ ਵੀ ਮਿਲ ਰਹੇ ਆ, ਅਸੀਂ ਉਹ ਵੀ ਕੱਢ ਰਹੇ ਹਾਂ। ਇਹਨਾਂ ਦੇ ਆਟੋ ਰਿਕਸ਼ਾ ਜਿਹਨਾਂ ਕੋਲ ਹੈ ਨਹੀਂ ਡਾਕੂਮੈਂਟ, ਉਹ ਬੰਦ ਵੀ ਕਰ ਰਹੇ ਸੀ। ਹੁਣ ਤੱਕ ਅਸੀਂ ਇੱਕ ਤਰ੍ਹਾਂ ਕਹਿ ਲਓ ਵੀ 40 ਕੁ ਚਲਾਣ ਇਹਨਾਂ ਦੇ ਕੱਟ ਚੁੱਕੇ ਆ ਤੇ 7 ਆਟੋ ਬੰਦ ਕੀਤੇ ਹੋਏ ਹੈਗੇ। ਉਹ ਅਸੀਂ ਬੰਦ ਹੀ ਕਰ ਰਹੇ ਹਾਂ ਜੀ। ਅਗਰ ਉਹਦੇ ਕੋਲ ਲਾਇਸੈਂਸ ਹੈਗਾ ਫਿਰ ਥੋੜ੍ਹਾ ਜਿਹਾ ਉਹਨਾਂ ਨੇ ਐਕਸਕਿਊਜ਼ ਕਰਕੇ ਉਹਨਾਂ ਦਾ ਚਲਾਣ ਕੱਟ ਦਿੰਦੇ ਹਾਂ ਵਿਦਾਊਟ ਆਰਸੀ। ਜੇ ਉਹਨਾਂ ਦੀ ਪਾਸਿੰਗ ਹੈਗੀ ਆ ਫਿਰ ਤਾਂ ਠੀਕ ਹੈ, ਲੇਕਿਨ ਨਹੀਂ ਉਹਨਾਂ ਅਸੀਂ ਇੰਪਾਊਂਡ ਕਰ ਰਹੇ ਹਾਂ ਜੀ। ਹਾਲਾਤਾਂ ਨੂੰ ਵੀ ਦੇਖਦੇ ਹੋਏ ਇਹਨਾਂ ਨਾਲ ਬਹੁਤ ਮੀਟਿੰਗਾਂ ਕਰ ਚੁੱਕਿਆ ਵੀ ਚਲੋ ਇੱਕ ਅੱਧੀ ਸਵਾਰੀ ਤੁਹਾਡੇ ਨਾਲ ਆਪਾਂ ਅਕੋਮੋਡੇਟ ਕਰ ਲਾਂਗੇ, ਇੱਕ ਸਵਾਰੀ ਅੱਗੇ ਨਾ ਬੈਠੇ ਕੋਈ ਲਟਕੇ ਨਾ, ਦੋ ਹੀ ਚੀਜ਼ਾਂ ਇਹਨਾਂ ਨਾਲ ਮੇਨ ਰੱਖੀ। ਲੇਕਿਨ ਇਹ ਬਾਰ ਬਾਰ ਪ੍ਰੈਸ਼ਰ, ਬਾਰ ਬਾਰ ਪ੍ਰੈਸ਼ਰ, ਕਾਗਜ਼ ਨਹੀਂ ਰੱਖਣੇ, ਸਵਾਰੀਆਂ ਅੱਗੇ ਬਿਠਾ ਲੈਣੀਆਂ, ਵੱਧ ਬਿਠਾ ਲੈਣੀਆਂ, ਫਿਰ ਇੱਥੇ ਹੁਣ ਇਹਨੂੰ ਗਰੀਬ ਮਾਰ ਕਹੀਏ ਜਾਂ ਕੀ ਕਹੀਏ? ਐਕਸੀਡੈਂਟ ਹੋ ਜੇ, ਕਿਸੇ ਦੇ ਸੱਟ ਫੇਟ ਵੱਜੇ, ਇਹਨਾਂ ਕੋਲ ਤਾਂ ਕੁਛ ਵੀ ਨਹੀਂ। ਜੇ ਮੰਨ ਲੋ ਮਾਲਕ ਨੇ ਆਰਸੀ ਆਪਣੇ ਕੋਲ ਰੱਖ ਲਈ ਹੈ ਤਾਂ ਇਹ ਉਹਦੀ ਕਾਪੀ ਤਾਂ ਰੱਖ ਸਕਦੇ ਨਾ, ਅਸੀਂ ਅਕੋਮੋਡੇਟ ਕਰ ਲਾਂਗੇ, ਵੈਰੀਫਾਈ ਕਰ ਲਾਂਗੇ। ਚਲੋ ਮੰਨ ਲਓ ਇੱਕ ਮਾਲਕ ਨੂੰ ਡਰ ਹੈ ਵੀ ਆਰਸੀ ਸਵੇਰ ਮੈਂ ਨਹੀਂ ਬੰਦਾ, ਅਸੀਂ ਤਾਂ ਇਹੀ ਲਿਹਾਜ਼ ਕੀਤੀ ਹੋਈ ਹੈ ਵੀ ਤੁਹਾਡਾ ਲਾਇਸੈਂਸ ਹੋਵੇ, ਆਰਸੀ ਕਾਪੀ ਹੋਵੇ, ਤਾਂ ਜੋ ਟ੍ਰੈਫਿਕ ਮੁਲਾਜ਼ਮ ਉਹ ਜੇ ਕੋਈ ਕਹਿੰਦਾ ਕਿਰਾਏ ਦਾ ਜੀ ਮਾਲਕ ਆ, ਅਸੀਂ ਵੈਰੀਫਾਈ ਤਾਂ ਕਰ ਸਕਦੇ। ਅਸਲੀ ਮਾਲਕ ਨਹੀਂ ਦੇਣਾ ਚਾਹੁੰਦਾ, ਟੈਸਟਡ ਕਾਪੀ ਦੇ ਦੇਵੇ। ਅਸੀਂ ਬਾਰ ਬਾਰ ਇਹੀ ਕਹਿੰਦੇ ਵੀ ਕਾਗਜ਼ਾਂ ਤੋਂ ਬਗੈਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ। ਜਿਵੇਂ ਚਾਕੂ ਜਾਂ ਤਹਾੜੀ ਇਸ ਤਰ੍ਹਾਂ, ਉਹ ਤਾਂ ਬਿਲਕੁਲ ਪਰਚਾ ਹੋਊਗਾ ਆਰਮਸ ਐਕਟ ਦਾ, ਉਹ ਸਾਰੇ ਮੁਲਾਜ਼ਮਾਂ ਨੂੰ ਇਹਨਾਂ ਦੇ ਸਾਹਮਣੇ ਮੀਟਿੰਗਾਂ। ਇਹਨਾਂ ਨਾਲ ਮੈਂ ਬਹੁਤ ਮੀਟਿੰਗਾਂ ਕਰ ਚੁੱਕਿਆ, ਨਾਲ ਸਾਰੇ ਟ੍ਰੈਫਿਕ ਮੁਲਾਜ਼ਮ ਬਿਠਾ ਕੇ ਤਾਂ ਕਿ ਇੱਕ ਦੂਜੇ ਸਾਹਮਣੇ ਗੱਲ ਹੋ ਜੇ, ਕਿਸੇ ਨੂੰ ਸ਼ੱਕ ਨਾ ਰਹੇ। ਫਿਰ ਸਾਰੇ ਟ੍ਰੈਫਿਕ ਮੁਲਾਜ਼ਮਾਂ ਨੂੰ ਕਿਹਾ ਹੋਇਆ
ਵੀ ਇਹਨਾਂ ਨੂੰ 25 ਦੀ ਵੀ ਮੁਫਤ ਸਫ਼ਰ ਤੱਕ ਨਹੀਂ ਕਰ। ਤੁਸੀਂ ਦੇਖਿਆ ਵੀ ਹੋਊਗਾ ਕਦੇ ਕਿ ਉਹ ਡਰਾਈਵਿੰਗ ਮੁਲਾਜ਼ਮ ਦੇ ਬੈਠਾ ਦੇਖਿਆ, ਪਰ ਉਹਦੇ ਬਾਵਜੂਦ मालक शराब है सुन के भी पता लग जाए कई चीजा की फैसिलिटी मौके से मुलाजिम तय कर सकता है। मान लो किसी ने कोई सुखा नशा किया हरकत तो नहीं पता लग रहा जो पता लगेगा तो बिल्कुल बंद भी होंगे परचा मॉडिफाइड चलो थोड़े तो एक और मैसेज दे दिना मॉडिफाइड बुलेट बहुत ज्यादा सजा भी है जो कोई सिलेंसर मॉडिफाई करके चला तो चलान नहीं बंद ही होगा उसका और कोई ऑप्शन इस तरीके बसा वाले मीटिंगा कर लिया मैं बहुत पत्र लिख चुका यूनियन कि असी प्रेशर हॉर्न लाओ नहीं इस करके कदे कदे ड्राइव अज जिवें स्पैशली ड्राइव चलाई है कि आप मोटरसाइकिल जिहड़े सिलेंसर बदले है सारे बंद करो तरीके है अपने को।